ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਦੀਪ ਸਿੰਘ ਧਾਲੀਵਾਲ, ਇਹਨਾਂ ਦਾ ਮਿਨਿਸਟਰ ਪੰਜਾਬ। ਬਸ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਬੱਚੇ ਪੜ੍ਹਨ ਗਏ ਸੀਗੇ, ਨੌਕਰੀਆਂ ਕਰਨ ਗਏ ਸੀਗੇ, ਉਹਨਾਂ 'ਤੇ ਜਿਹੜੀ ਉੱਥੇ ਲੀਗਲੀ ਸਮੱਸਿਆ ਆਈ ਪਈ ਆ, ਉਹਦੇ ਲਈ ਪੰਜਾਬ ਸਰਕਾਰ ਜਿਹੜੀ ਆ ਬੜੀ ਸੰਜੀਦਾ, ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਇਹ ਹਦਾਇਤਾਂ ਨੇ ਕਿ ਇਹਨਾਂ ਬੱਚਿਆਂ ਦੀ ਹਰ ਸੰਭਵ ਜਿਹੜੀ ਹੈ ਉਹ ਮਦਦ ਕੀਤੀ ਜਾਵੇ। ਮੈਂ ਰਾਤੀ ਬੱਚਿਆਂ ਨਾਲ ਗੱਲ ਵੀ ਕੀਤੀ ਸੀਗੀ, ਵੀਡੀਓ ਕਾਨਫਰੰਸ ਕੀਤੀ ਸੀਗੀ। ਅੱਜ ਮੈਂ ਹੁਣ ਸਵੇਰੇ ਪੰਜਾਬ ਦੇ ਐਡਵੋਕੇਟ ਜਨਰਲ ਕਈ ਸਾਹਿਬ ਦੇ ਨਾਲ ਉਹਨਾਂ ਦੇ ਨਿਵਾਸ ਸਥਾਨ 'ਤੇ ਮੀਟਿੰਗ ਕਰਕੇ ਆਇਆ। ਉਹਨਾਂ ਕੋਲੋਂ ਸਾਰੇ ਇਹਦੇ ਲੀਗਲੀ ਪੱਖ ਜਿਹੜੇ ਆ ਉਹ ਮਤਲਬ ਅਸੀਂ ਕੀ ਮਤ ਕਰ ਸਕਦੇ ਹਾਂ ਉਹ ਤੈਅ ਕੀਤਾ। ਸੋ ਐਡਵੋਕੇਟ ਸਾਹਿਬ ਨੂੰ ਅਸੀਂ ਮਤਲਬ ਮੈਂ ਬੇਨਤੀ ਕਰਕੇ ਆਇਆ ਕਿ ਇੱਕ ਤਾਂ ਉਹ ਇਮੀਗ੍ਰੇਸ਼ਨ ਦਾ ਉੱਥੇ ਵਕੀਲ ਜਿਹੜਾ ਉਹ ਲੱਭਣ, ਜਿਹੜਾ ਇਹਨਾਂ ਬੱਚਿਆਂ ਦੇ ਕੇਸ ਦੀ ਪੈਰਵਾਈ ਉੱਥੇ ਕਰ ਸਕੇ ਸਾਡੇ ਵੱਲੋਂ, ਸਰਕਾਰ ਵੱਲੋਂ। ਜਿਸ ਕਿਸੇ ਨੂੰ ਵੀ ਚਾਹੀਦੀ ਹੋਊਗੀ ਉਹਨਾਂ ਦੀ ਅਸੀਂ ਫ੍ਰੀ ਪੈਰਵਾਈ ਜਿਹੜੀ ਆ ਉਹ ਕਰਾਂਗੇ। ਇੱਕ ਅਸੀਂ ਮਤਲਬ ਅੱਜ ਹੁਣੇ ਮੈਂ ਉਹ 10-15 ਮਿੰਟ ਬਾਅਦ ਜਿਹੜੇ ਦਿੱਲੀ ਦੇ ਵਿੱਚ ਕੈਨੇਡੀਅਨ ਅੰਬੈਸਡਰ ਦੇ ਉਹਨਾਂ ਨੂੰ ਵੀ ਲੈਟਰ ਲਿਖਣ ਜਾ ਰਿਹਾ, ਔਰ ਦੂਜਾ ਮੈਂ ਮਤਲਬ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ ਹੈੱਡ ਹੈ, ਜਿਹੜੇ ਉੱਥੇ ਮਿਨਿਸਟਰ ਨੇ, ਉਹਨਾਂ ਨੂੰ ਵੀ ਲੈਟਰ ਲਿਖੂੰਗਾ। ਔਰ ਤੀਜਾ ਜਿਹੜਾ ਸਾਡੀ ਮੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਦੇ ਜਿਹੜੇ ਸਾਡੇ ਮਾਨਯੋਗ ਅੰਬੈਸਡਰ ਨੇ, ਇੰਡੀਅਨ ਅੰਬੈਸਡਰ ਨੇ, ਉਹਨਾਂ ਨੂੰ ਵੀ ਲਿਖਣ ਜਾ ਰਿਹਾ। ਔਰ ਚੌਥੀ ਲੈਟਰ ਅਸੀਂ ਲਿਖਾਂਗੇ ਜਿਹਨਾਂ ਕਾਲਜਾਂ ਤੋਂ, ਜਿਸ ਕਾਲਜ ਤੋਂ ਇਹਨਾਂ ਬੱਚਿਆਂ ਨੇ ਐਜੂਕੇਸ਼ਨ ਜਿਹੜੀ ਹੈ ਉਹ ਕਲੀਅਰ ਕੀਤੀ ਹੈ, ਉਹਨਾਂ ਨੂੰ ਵੀ ਲੈਟਰ ਲਿਖ ਕੇ ਉੱਥੇ ਵਾਈਸ ਚਾਂਸਲਰ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਕਰੋ ਜਦੋਂ ਇਹਨਾਂ ਨੇ ਤੁਹਾਨੂੰ ਫੀਸਾਂ ਦਿੱਤੀਆਂ। ਕਿਉਂਕਿ ਅਸੀਂ ਰਾਤੀ ਗੱਲਬਾਤ ਕਰਨ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਬੱਚੇ ਕੋਈ ਸੋਚ ਸਮਝ ਕੇ ਨਹੀਂ ਗਏ ਕਿ ਅਸੀਂ ਕੋਈ ਹੇਰਾਫੇਰੀ ਕਰਨੀ, ਇਹ ਕੋਈ ਫੇਕ ਪੇਪਰ ਲੈ ਕੇ ਨਹੀਂ ਗਏ, ਇਹਨਾਂ ਦੇ ਪੇਪਰ ਬਿਲਕੁਲ ਦੁਰਸਤ ਸੀਗੇ। ਜੇ ਕੋਈ ਗੜਬੜ ਹੋਈ ਆ ਤਾਂ ਉਹ ਜਿਹੜੀ ਟਰੈਵਲ ਏਜੰਸੀ ਉਹਨਾਂ ਨੇ ਕੀਤੀ, ਇਹਨਾਂ ਵਿਚਾਰਿਆਂ ਬੱਚਿਆਂ ਦਾ ਕੋਈ ਫਾਲਟ ਨਹੀਂ। ਬੱਚੇ ਇਮਾਨਦਾਰੀ ਦੇ ਨਾਲ ਆਪਣੀ ਦਹਾਂ ਨਵਾਂ ਦੀ ਕਿਰਤ ਨਾਲ, ਕਿਰਤ ਕਮਾਈ ਨਾਲ ਆਪਾਂ ਮਾਪਿਆਂ ਦੇ ਨਾਲ ਪੜ੍ਹਨ ਵਾਸਤੇ ਗਏ ਸੀਗੇ, ਉਹਨਾਂ ਤੇ ਇੱਦਾਂ ਦਾ ਸ਼ੱਕ ਕਰਨਾ ਜਿਹੜਾ ਮੇਰਾ ਖਿਆਲ ਠੀਕ ਨਹੀਂ ਗਾ। ਔਰ ਅਸੀਂ ਜਿਹੜੇ ਪੰਜਾਬ ਨਾਲ ਸੰਬੰਧਿਤ ਟਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਜਿਹੜਾ ਜਾ ਰਹੇ ਹਾਂ। ਸੋ ਮੈਂ ਬੱਚਿਆਂ ਨੂੰ ਕਹੂੰਗਾ ਕਿ ਘਬਰਾਓ ਨਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਦੇ ਨਾਲ ਹੈ, ਮੈਂ ਉਹਨਾਂ ਦੇ ਨਾਲ ਹੈ, ਮੇਰੀ ਇਹ ਡਿਊਟੀ ਹੈ, ਮੈਂ ਇਹਨਾਂ ਦਾ ਮਿਨਿਸਟਰ ਹਾਂ, ਮੈਂ ਜਿੰਨੀ ਵੀ ਪੈਰਵਾਈ ਹੋ ਸਕੀ ਉਹ ਉਹਨਾਂ ਦੀ ਆਪਾਂ ਕਰਾਂਗੇ। ਇਸ ਕਰਕੇ ਮੈਂ ਸਵੇਰੇ ਐਡਵੋਕੇਟ ਜਨਰਲ ਸਾਹਿਬ ਨਾਲ ਜਿਹੜੀ ਆ ਉਹ ਮੀਟਿੰਗ ਕਰਕੇ ਆਇਆ। ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਬੱਚਿਆਂ ਦੀ ਲੀਗਲੀ ਮਦਦ ਕਰਨ ਵਿੱਚ ਕਾਫ਼ੀ ਕਾਮਯਾਬ ਹੋਵਾਂਗੇ। ਉਹਨਾਂ ਨੂੰ ਵੀ ਲੈਟਰ ਲਿਖਣ ਜਾ ਰਿਹਾ, ਔਰ ਦੂਜਾ ਮੈਂ ਮਤਲਬ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ ਹੈੱਡ ਹੈ, ਜਿਹੜੇ ਉੱਥੇ ਮਿਨਿਸਟਰ ਨੇ, ਉਹਨਾਂ ਨੂੰ ਵੀ ਲੈਟਰ ਲਿਖੂੰਗਾ। ਔਰ ਤੀਜਾ ਜਿਹੜਾ ਸਾਡੀ ਮੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਦੇ ਜਿਹੜੇ ਸਾਡੇ ਮਾਨਯੋਗ ਅੰਬੈਸਡਰ ਨੇ, ਇੰਡੀਅਨ ਅੰਬੈਸਡਰ ਨੇ, ਉਹਨਾਂ ਨੂੰ ਵੀ ਲਿਖਣ ਜਾ ਰਿਹਾ। ਔਰ ਚੌਥੀ ਲੈਟਰ ਅਸੀਂ ਲਿਖਾਂਗੇ ਜਿਹਨਾਂ ਕਾਲਜਾਂ ਤੋਂ, ਜਿਸ ਕਾਲਜ ਤੋਂ ਇਹਨਾਂ ਬੱਚਿਆਂ ਨੇ ਐਜੂਕੇਸ਼ਨ ਜਿਹੜੀ ਹੈ ਉਹ ਕਲੀਅਰ ਕੀਤੀ ਹੈ, ਉਹਨਾਂ ਨੂੰ ਵੀ ਲੈਟਰ ਲਿਖ ਕੇ ਉੱਥੇ ਵਾਈਸ ਚਾਂਸਲਰ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਕਰੋ ਜਦੋਂ ਇਹਨਾਂ ਨੇ ਤੁਹਾਨੂੰ ਫੀਸਾਂ ਦਿੱਤੀਆਂ। ਕਿਉਂਕਿ ਅਸੀਂ ਰਾਤੀ ਗੱਲਬਾਤ ਕਰਨ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਬੱਚੇ ਕੋਈ ਸੋਚ ਸਮਝ ਕੇ ਨਹੀਂ ਗਏ ਕਿ ਅਸੀਂ ਕੋਈ ਹੇਰਾਫੇਰੀ ਕਰਨੀ, ਇਹ ਕੋਈ ਫੇਕ ਪੇਪਰ ਲੈ ਕੇ ਨਹੀਂ ਗਏ, ਇਹਨਾਂ ਦੇ ਪੇਪਰ ਬਿਲਕੁਲ ਦੁਰਸਤ ਸੀਗੇ। ਜੇ ਕੋਈ ਗੜਬੜ ਹੋਈ ਆ ਤਾਂ ਉਹ ਜਿਹੜੀ ਟਰੈਵਲ ਏਜੰਸੀ ਉਹਨਾਂ ਨੇ ਕੀਤੀ, ਇਹਨਾਂ ਵਿਚਾਰਿਆਂ ਬੱਚਿਆਂ ਦਾ ਕੋਈ ਫਾਲਟ ਨਹੀਂ। ਬੱਚੇ ਇਮਾਨਦਾਰੀ ਦੇ ਨਾਲ ਆਪਣੀ ਦਹਾਂ ਨਵਾਂ ਦੀ ਕਿਰਤ ਨਾਲ, ਕਿਰਤ ਕਮਾਈ ਨਾਲ ਆਪਾਂ ਮਾਪਿਆਂ ਦੇ ਨਾਲ ਪੜ੍ਹਨ ਵਾਸਤੇ ਗਏ ਸੀਗੇ, ਉਹਨਾਂ ਤੇ ਇੱਦਾਂ ਦਾ ਸ਼ੱਕ ਕਰਨਾ ਜਿਹੜਾ ਮੇਰਾ ਖਿਆਲ ਠੀਕ ਨਹੀਂ ਗਾ। ਔਰ ਅਸੀਂ ਜਿਹੜੇ ਪੰਜਾਬ ਨਾਲ ਸੰਬੰਧਿਤ ਟਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਜਿਹੜਾ ਜਾ ਰਹੇ ਹਾਂ। ਸੋ ਮੈਂ ਬੱਚਿਆਂ ਨੂੰ ਕਹੂੰਗਾ ਕਿ ਘਬਰਾਓ ਨਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਉਹਨਾਂ ਦੇ ਨਾਲ ਹੈ, ਮੈਂ ਉਹਨਾਂ ਦੇ ਨਾਲ ਹੈ, ਮੇਰੀ ਇਹ ਡਿਊਟੀ ਹੈ, ਮੈਂ ਇਹਨਾਂ ਦਾ ਮਿਨਿਸਟਰ ਹਾਂ, ਮੈਂ ਜਿੰਨੀ ਵੀ ਪੈਰਵਾਈ ਹੋ ਸਕੀ ਉਹ ਉਹਨਾਂ ਦੀ ਆਪਾਂ ਕਰਾਂਗੇ। ਇਸ ਕਰਕੇ ਮੈਂ ਸਵੇਰੇ ਐਡਵੋਕੇਟ ਜਨਰਲ ਸਾਹਿਬ ਨਾਲ ਜਿਹੜੀ ਆ ਉਹ ਮੀਟਿੰਗ ਕਰਕੇ ਆਇਆ। ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਬੱਚਿਆਂ ਦੀ ਲੀਗਲੀ ਮਦਦ ਕਰਨ ਵਿੱਚ ਕਾਫ਼ੀ ਕਾਮਯਾਬ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।